ਬਹੁਤ ਬਹੁਤ ਸ਼ੁਕਰੀਆ ਜੀ, ਕੀ ਗੱਲਾਂ ਹੋ ਗਈਆਂ ਮੈਨੂੰ ਤਾਂ ਸਮਝ ਹੀ ਨਹੀਂ ਲੱਗਿਆ ਕੁਛ। ਚਲੋ ਜੀ ਅਰੋੜਾ ਸਾਹਿਬ ਜਾਇਓ, ਭੱਜ ਕੇ ਮਾੜਾ ਜਿਹਾ ਚਲਾ ਦਿਓ। ਆਹ ਤੁਰਦੇ ਹਾਥੀ ਨੂੰ ਦੇਖ, ਭੌਂਕਦੇ ਹੀ ਹੁੰਦੇ ਕੁੱਤੇ, ਮਿੱਤਰਾਂ ਨੇ ਕੀਤੀ ਪਰਵਾਹ ਨੀ, ਛੱਡਿਆ ਨੀ ਜਾਣਾ ਸਾਥੋਂ ਮਾਲੇਰ ਕਾਨੇ, ਦੂਜੀ ਛੱਡ ਨਹੀਂ ਹੋਣੀ ਤੇਰੀ ਬਾਣੀ। ਇੱਕ ਜੋੜੀ ਨੂੰ ਬੇਨਤੀ ਹੈ, ਲਾੜਾ ਸਾਹਿਬ ਨੂੰ ਗੁਰਪ੍ਰੀਤ ਸਿੰਘ ਗਿੱਲ ਸਾਹਿਬ, ਛੇਤੀ ਲਿਆਓ ਰਾਜਵੀਰ ਵੀਰੇ, ਲਿਆਓ ਅਸੀਂ ਵੀ ਗਾਂ ਵਿਆਹ ਤੇ ਜਾਣਾ ਯਾਰ। ਉੱਠ ਤੜਕੀ ਭੋਰਾ ਖਾ ਲੈ, ਚਾਹ ਨਾ ਸੁਸਤੀ, ਕਿਹੜਾ ਭਰੀ ਕਰੂਗਾ ਤੇਰਾ ਜੱਟ ਮਰਜ਼ੀ ਦਾ ਮਾਲਕ, ਨਾ ਕੋਈ ਚੇਲਾ ਨਾ ਕੋਈ ਬਾਲਕ, ਬਾਬਾ ਭਲੀ ਕਰੂਗਾ। ਤੁਰਦੇ ਹਾਥੀ ਨੂੰ ਦੇਖ, ਭੌਂਕਦੇ ਹੀ ਹੁੰਦੇ ਕੁੱਤੇ, ਮਿੱਤਰਾਂ ਨੇ ਕੀਤੀ ਪਰਵਾਹ ਨੀ, ਛੱਡਿਆ ਨੀ ਜਾਣਾ ਸਾਥੋਂ ਮਾਲੇਰ ਕਾਨੇ, ਦੂਜੀ ਛੱਡ ਨਹੀਂ ਹੋਣੀ ਤੇਰੀ ਬਾਣੀ। ਆਓ ਤੁਰਦੇ ਹਾਥੀ ਨੂੰ ਦੇਖ, ਭੌਂਕਦੇ ਹੀ ਹੁੰਦੇ ਕੁੱਤੇ, ਮਿੱਤਰਾਂ ਨੇ ਕੀਤੀ ਪਰਵਾਹ ਨੀ, ਛੱਡਿਆ ਨੀ ਜਾਣਾ ਸਾਥੋਂ ਮਾਲੇਰ ਕਾਨੇ, ਦੂਜੀ ਛੱਡ ਨਹੀਂ ਹੋਣੀ ਤੇਰੀ ਬਾਣੀ। ਉੱਠ ਤੜਕੀ ਭੋਰਾ, ਚਾਹ ਨਾ ਸੁਸਤੀ, ਕਿਹੜਾ ਬਰੀ ਕਰੂਗਾ ਤੇਰਾ ਜੱਟ ਮਰਜ਼ੀ ਦਾ ਮਾਲਕ, ਨੀ ਨਾ ਕੋਈ ਚੇਲਾ ਨਾ ਕੋਈ ਬਾਲਕ, ਨੀ ਤੇਰਾ ਜੱਟ ਮਰਜ਼ੀ ਦਾ ਮਾਲਕ, ਨੀ ਨਾ ਕੋਈ ਚੇਲਾ ਨਾ ਕੋਈ ਬਾਲਕ, ਨੀ ਬਾਬਾ ਭਲੀ ਕਰੂਗਾ। ਜਗਦੀਪ ਸਿੰਘ, ਅੱਜ ਦੋ ਜਗਦੀਪ ਇਕੱਠੇ ਹੋਏ ਪਏ ਆ, ਹੈਂ ਜਗਦੀਪ ਬਾਈ, ਦੋ ਜਗਦੀਪ ਇਕੱਠੇ ਆ, ਇੱਕ ਸਾਡਾ ਜਗਦੀਪ ਜੋਗਾ ਤੇ ਇੱਕ ਤੁਸੀਂ, ਤੁਹਾਡਾ ਅੱਜ ਵਾਢਿਆ। ਜੋਗੇ ਬਾਈ ਦਾ ਕੁਛ ਵੀ ਹੈ ਨਹੀਂ ਅੱਜ ਯਾਰ, ਚਲੋ ਜੋਗੇ ਬਾਈ ਦਾ, ਚਲੋ ਜੋਗੇ ਬਾਈ ਤੈਨੂੰ ਵੀ ਹੈਪੀ ਬਰਥਡੇ ਯਾਰ। ਬਸ ਦਈ ਜਾਂਦਾ ਰੱਬ ਹੋਰ ਕਰਨੇ ਕੀ, ਯਾਰਾਂ ਨੇ ਪਾਉਣ ਨੀ, ਕਿੱਟਿਆਂ ਚ ਸੰਗਲ ਨਾ ਸਿਰ ਤੇ ਕਰਜ, ਸਾਨੂੰ ਕਰੂ ਦੱਸ ਕਿਹੜਾ ਪਿੱਲੋ ਪਾਉਣ ਨੀ। ਆਓ ਖਾਣ ਪੀਣ ਜੋਗੇ ਬਸ ਦਈ ਜਾਂਦਾ ਰੱਬ ਹੋਰ ਕਰਨੇ ਕੀ, ਯਾਰਾਂ ਨੇ ਪਾਉਣ ਨੀ, ਕਿੱਟਿਆਂ ਚ ਸੰਗਲ ਨਾ ਸਿਰ ਤੇ ਕਰਜ, ਸਾਨੂੰ ਕਰੂ ਦੱਸ ਕਿਹੜਾ ਪਿੱਲੋ। ਉਸ ਜੱਟ ਦਾ ਪਿੰਡ ਮੰਗਵਾਲ ਮੁੰਡਾ ਰਹਿੰਦਾ ਜੀਦੇ ਨਾਲ, ਕੁੜੇ ਕੀ ਰੀਸ ਸਰੀ ਕਰੂਗਾ ਤੇਰਾ ਜੱਟ ਮਰਜ਼ੀ ਦਾ ਮਾਲਕ, ਨੀ ਨਾ ਕੋਈ ਚੇਲਾ ਨਾ ਕੋਈ ਬਾਲਕ, ਨੀ ਬਾਬਾ
ਗੁਲਾਬੀ ਆਖੇ ਜੋ ਤੇਰੀ ਦੇਖੀ ਸ਼ਰਾਬੀ ਏ ਦਿਲ ਹੋ ਗਿਆ ਸੰਭਾਲ ਮੁਝਕੋ ਐ ਮੇਰੇ ਯਾਰੋ ਸੰਭਲਣਾ ਮੁਸ਼ਕਿਲ ਹੋ ਗਿਆ ਗੁਲਾਬੀ ਆਖੇ ਜੋ ਤੇਰੀ ਦੇਖੀ ਸ਼ਰਾਬੀ ਏ ਦਿਲ ਲਾਣੇਦਾਰ ਸਾਂਭੀ ਬੈਠਾ ਪੂਰੀ ਸਰਦਾਰੀ ਜਿਹੜੀ ਦਿੱਤੀ ਸੀਗੀ ਉਹਨੂੰ ਸਾਡੇ ਦਾਦੇ ਨੇ ਜੀ ਟੀ ਰੋਡ ਉੱਤੇ ਕੋਠੀ 25 ਕਿੱਲਿਆਂ ਦਾ ਤੱਕ ਬੜੀ ਮਿਹਨਤ ਕੀਤੀ ਲਾਣੇ ਸਾਡੇ ਨੇ ਲਾਣੇਦਾਰ ਸਾਂਭੀ ਬੈਠਾ ਪੂਰੀ ਸਰਦਾਰੀ ਜਿਹੜੀ ਦਿੱਤੀ ਸੀਗੀ ਉਹਨੂੰ ਸਾਡੇ ਦਾਦੇ ਨੇ ਜੀ ਟੀ ਰੋਡ ਉੱਤੇ ਕੋਠੀ 25 ਕਿੱਲਿਆਂ ਦਾ ਤੱਕ ਬੜੀ ਮਿਹਨਤ ਕੀਤੀ ਲਾਣੇ ਮੁੰਡਾ ਰਹਿੰਦਾ ਭਾਵੇਂ ਬਾਹਰ ਪਰ ਪੰਜਾਬ ਨਾ ਦਿਲੋ ਭਦੌੜ ਨਾ ਦਿਲੋ ਬਰਨਾਲੇ ਨਾ ਦਿਲੋ ਸੰਗਰੂਰ ਨਾ ਦਿਲੋ ਜੀਰੇ ਨਾਲ ਦਿਲੋ ਮੁੱਦਕੀ ਨਾ ਦਿਲੋ ਨੀ ਗੱਲ ਖਰੀ ਕਰੂਗਾ ਤੇਰਾ ਜੱਟ ਮਰਜ਼ੀ ਦਾ ਮਾਲਕ ਨੀ ਨਾ ਕੋਈ ਚੇਲਾ ਨਾ ਕੋਈ ਬਾਲਕ ਨੀ ਬਾਬਾ ਤੇਰਾ ਜੱਟ ਮਰਜ਼ੀ ਦਾ ਮਾਲਕ ਨੀ ਨਾ ਕੋਈ ਚੇਲਾ ਨਾ ਕੋਈ ਬਾਲਕ ਨੀ ਮਰਜ਼ੀ ਦਾ ਮਾਲਕ ਨੀ ਨਾ ਕੋਈ ਚੇਲਾ ਨਾ ਕੋਈ ਬਾਬਾ ਭਲੀ ਕਰੂਗਾ ਆ ਪੂਛ ਖੱਬੀ ਖਾਨਾ ਦੀ ਚਕਾਉਣ ਲਈ ਜੰਮਿਆ ਅਮੜੀ ਨੇ ਮੈਨੂੰ ਸਿਰਾ ਲਾਉਣ ਲਈ ਜੰਮਿਆ ਲੈ ਵੀ ਰਾਜਵੀਰ ਸੁਣ ਕੇ ਹੈ ਗੱਲ ਮਨਦੀਪ ਬਾਈ ਉਹ ਕੱਢਣੀ ਆਉਂਦੀ ਹੈ ਸਾਨੂੰ ਫੂਕ ਜੀ ਨਾ ਸ਼ੱਕ ਆਓ ਐਟੀਟਿਊਡ ਪਾ ਕੇ ਕਾਕਾ ਜੇਬ ਵਿੱਚ ਰੱਖ ਮੈਂ ਬੈਲੀਆਂ ਨੂੰ ਦੇਵਾਂ ਟਿਊਸ਼ਨਾ ਪਰਦਾ ਨਾ ਚੌਂਕੀ ਕਿਸੇ ਪਰਦਾ ਨਾ ਚੌਂਕੀ ਕਿਸੇ ਕੱਲ ਬਾਰੇ ਰੱਬ ਜਾਣਦਾ ਅੱਜ ਤਾਂ ਚੜਾਈ ਫੁੱਲ ਹਾਂ ਅੱਜ ਤਾਂ ਚੜਾਈ ਫੁੱਲ ਯਾਰ ਦੀ
ਪੱਤਰ ਬਲਾਈਤੀ ਲੀੜੇ ਲੱਤੇ ਉੱਤੇ ਛਿੜਕਾਂ ਜਿਹੜੇ ਪਾਸੇ ਜਾਵਾਂ ਨਾਰਾ ਲੈਂਦੀਆਂ ਨੇ ਸਹਿਜ ਮਤੇ ਜਾਹੀ ਜਾਹੇ ਜਾਵਾਂ ਭਾਵੇਂ ਕਰਦੇ ਧੌਣਾ ਵਿੱਚੋਂ ਕਿੱਲੇ ਕੱਢਾਂ ਪਹਿਲਦੇ ਆਧਾਰ ਤੇ ਆਓ ਇੱਧਰ ਬਲਾਈਤੀ ਲੀੜੇ ਲੱਤੇ ਉੱਤੇ ਛਿੜਕਾਂ ਜਿਹੜੇ ਪਾਸੇ ਜਾਵਾਂ ਨਾਰਾ ਲੈਂਦੀਆਂ ਨੇ ਸਹਿਜ ਮਤੇ ਜਾਹੀ ਜਾਹੇ ਜਾਵਾਂ ਭਾਵੇਂ ਕਰਦੇ ਧੌਣਾ ਵਿੱਚੋਂ ਕਿੱਲੇ ਕੱਢਾਂ ਸੌਂਦੀ ਆ ਸਰਾਣੇ ਜੱਟ ਦੇ ਸੌਂਦੀ ਆ ਸਰਾਣੇ ਜੱਟ ਦੇ ਜਿਹੜੀ ਮੀਲ ਦੂਰ ਖੜਾ ਬੰਦਾ ਕੱਲ ਬਾਰੇ ਰੱਬ ਜਾਣਦਾ ਕੱਲ ਬਾਰੇ ਰੱਬ ਜਾਣਦਾ ਕੱਲ ਬਾਰੇ ਰੱਬ ਜਾਣਦਾ ਅੱਜ ਦਾ ਚੜਾਈ ਫੁੱਲ ਯਾਰ ਦੀ ਕੌੜੀ ਸਾਹਿਬ ਕੋਲ ਸਰਕਾਰੀ ਜਿਉਣੇ ਕਰ ਲਈ ਖੋ ਸਵਾਰੀ ਕੌੜੀ ਸਾਹਿਬ ਕੋਲ ਸਰਕਾਰੀ ਜਿਉਣੇ ਕਰ ਲਈ ਖੋ ਸਵਾਰੀ ਅੰਬਰੋਂ ਪਾਰ ਹੋ ਗਿਆ ਹਾਏ ਜਿਉਣਾ ਮੌੜ ਘੋੜੀ ਤੇ ਜਿਉਣਾ ਮੌੜ ਘੋੜੀ ਤੇ ਜਿਉਣਾ ਮੌੜ ਘੋੜੀ ਤੇ ਫਰਾਰ ਹੋ ਗਿਆ ਸਾਡੇ ਸਾਡੇ ਸੀਨੀਅਰ ਆਰਟਿਸਟ ਪੰਜਾਬੀ ਫਿਲਮਾਂ ਦੀ ਸ਼ਾਨ ਜੇ ਪੰਜਾਬੀ ਫਿਲਮਾਂ 'ਚ ਸਾਡਾ ਵੱਡਾ ਬਾਈ ਬੀਨੂ ਢਿੱਲੋਂ ਨਾ ਹੋਵੇ ਤਾਂ ਉਹ ਫਿਲਮ 50% ਹੀ ਰਹਿ ਜਾਂਦੀ ਹੈ ਸੋ ਸਾਡੇ ਬੀਨੂ ਢਿੱਲੋਂ ਬਾਈ ਉਹਨਾਂ ਦੇ ਵੱਡੇ ਵੀਰ ਨੀਟੂ ਢਿੱਲੋਂ ਜੀ ਬਹੁਤ ਬਹੁਤ ਸਵਾਗਤ ਬਾਈ ਜੀ ਜੀ ਆਇਆਂ ਨੂੰ ਜੀ ਜੀ ਆਇਆਂ ਨੂੰ ਬਾਈ ਜੀ ਬਹੁਤ ਬਹੁਤ ਜੀ ਆਇਆਂ ਨੂੰ ਅਤੇ ਸ਼੍ਰੀ ਰਾਜ ਦੱਤਾ ਜੀ ਧੂਰੀ ਤੋਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਰਾਜ ਦੱਤਾ ਜੀ ਨੂੰ ਅਤੇ ਨੀਟੂ ਢਿੱਲੋਂ ਜੀ ਸਾਹਿਬ ਰਿਲੇਟਡ ਹੈਪੀ ਬਰਥਡੇ ਮਨਦੀਪ ਬਾਈ